ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਹਿਲਾ ਦਿਵਸ ਦੇ ਮੌਕੇ ਤੇ ਪੀਐਮ ਮੋਦੀ ਨੇ ਐਲਪੀਜੀ ਸਿਲੰਡਰ ਜਿਹੜਾ 100 ਰੁਪਏ ਸਸਤਾ ਕਰ ਦਿੱਤਾ ਤੇ ਇਸ ਦੀ ਮਦਦ ਦੇ ਨਾਲ ਜਿਹੜਾ ਦੇਸ਼ ਦੀਆਂ ਲੱਖਾਂ ਔਰਤਾਂ ਤੇ ਉਹਨਾਂ ਦੇ ਪਰਿਵਾਰ ਤੇ ਆਰਥਿਕ ਬੋਝ ਜਿਹੜਾ ਕਿੱਤੇ ਨਾ ਕਿਤੇ ਘਟ ਹੋ ਜਾਵੇਗਾ ਤੇ ਖਾਸ ਕਰਕੇ ਮਹਿਲਾ ਸ਼ਕਤੀ ਨੂੰ ਇਸ ਦਾ ਵੀ ਕਾਫੀ ਫਾਇਦਾ ਹੋਣ ਵਾਲਾ ਹੈ ਤੇ ਦੱਸਦੀ ਕਿ ਪੀਐਮ ਮੋਦੀ ਨੇ ਮਹਿਲਾ ਦੇ ਵਿੱਚ ਦੀ ਵਿਦਾਈ ਦਿੱਤੀ ਹੈ ਐਲਪੀਜੀ ਨੂੰ ਹੋਰ ਕਿਫਾਇਤੀ ਬਣਾਉਣ ਦੇ ਨਾਲ ਕਿਤੇ ਨਾ ਕਿਤੇ ਔਰਤਾਂ ਦਾ ਜਿਹੜਾ ਸਸ਼ਕਤੀਕਰਨ ਹੋਵੇਗਾ ਤੇ ਨਾਲ ਹੀ ਉਹਨਾਂ ਦੇ ਲਈ ਜੀਣਾ ਆਸਾਨ ਹੋ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇਲਪੀਜੀ ਸਿਲੰਡਰ ਬਾਰੇ ਇੱਕ ਕੋਸ਼ਨਾ ਕੀਤੀ ਹੈ ਪੀਐਮ ਮੋਦੀ ਨੇ ਲਿਖਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸ਼ੁਭਕਾਮਨਾਵਾਂ ਅਸੀਂ ਆਪਣੀ ਮਹਿਲਾ ਸ਼ਕਤੀ ਦੀ ਤਾਕਤ ਤੇ ਸਾਹਸ ਨੂੰ ਸਲਾਮ ਕਰਦੇ ਹਾਂ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਦੀ ਪ੍ਰਾਪਤੀਆਂ ਦੇ ਵੀ ਸ਼ਲਾੰਗਾ ਕਰਦੇ ਹਾਂ ਸਾਡੀ ਸਰਕਾਰ ਸਿੱਖਿਆ ਉਦਮਤਾ ਖੇਤੀਬਾੜੀ ਟੈਕਨੋਲੋਜੀ ਤੇ ਹੋਰ ਖੇਤਰਾਂ ਦੇ ਵਿੱਚ ਵੀ ਕੰਮ ਕਰ ਰਹੇ ਹਨ ਆਪੈਲ ਕਦਮੀਆਂ ਦੇ ਰਹੀ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਵਚਨਬੰਦਾ ਜੋ ਪਿਛਲੇ ਦਹਾਕੇ ਤੋਂ ਦੌਰਾਨ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਤੋਂ ਚਲਕਦੀਆਂ ਹਨ ਤਾਂ ਦੱਸ ਇਸ ਤੋਂ ਬਾਅਦ ਪੀਐਮੋਦੀ ਨੇ ਵੀ ਐਲਾਨ ਕੀਤਾ ਹੈ ਕਿ ਐਲਪੀਜੀ ਸਿਲੰਡਰ ਜਿਹੜੇ ਆ ਉਹ ਸਸਤੇ ਹੋ ਜਾਣਗੇ ਤੇ ਕੋਸ਼ਿਸ਼ ਨਾ ਕਰਦੇ ਪੀਐਮ ਨੇ ਲਿਖਿਆ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦਾ ਵੱਡਾ ਫੈਸਲਾ ਲਿਆ ਹੈ ਜਿਸ ਦੇ ਨਾਲ ਹੀ ਸਿਰਫ ਨਾਰੀ ਸ਼ਕਤੀ ਦਾ ਜੀਵਨ ਸਕਾਲਾ ਹੋਵੇਗਾ ਸਗੋਂ ਕਰੋੜਾਂ ਪਰਿਵਾਰਾਂ ਦਾ ਜਿਹੜਾ ਆਰਥਿਕ ਬੋਝ ਵੀ ਕੱਢੇਗਾ ਤੇ ਕਦਮ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਵੀ ਮਦਦਗਾਰ ਰਹੂਗਾ ਜਿਸ ਦੇ ਨਾਲ ਪੂਰੇ ਪਰਿਵਾਰ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਵੇਗਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਹਿਲਾ ਦਿਵਸ ਦੇ ਮੌਕੇ ਤੇ ਪੀਐਮ ਮੋਦੀ ਨੇ ਐਲਪੀਜੀ ਸਿਲੰਡਰ ਜਿਹੜਾ 100 ਰੁਪਏ ਸਸਤਾ ਕਰ ਦਿੱਤਾ ਤੇ ਇਸ ਦੀ ਮਦਦ ਦੇ ਨਾਲ ਜਿਹੜਾ ਦੇਸ਼ ਦੀਆਂ ਲੱਖਾਂ ਔਰਤਾਂ ਤੇ ਉਹਨਾਂ ਦੇ ਪਰਿਵਾਰ ਤੇ ਆਰਥਿਕ ਬੋਝ ਜਿਹੜਾ ਕਿੱਤੇ ਨਾ ਕਿਤੇ ਘਟ ਹੋ ਜਾਵੇਗਾ ਤੇ ਖਾਸ ਕਰਕੇ ਮਹਿਲਾ ਸ਼ਕਤੀ ਨੂੰ ਇਸ ਦਾ ਵੀ ਕਾਫੀ ਫਾਇਦਾ ਹੋਣ ਵਾਲਾ ਹੈ ਤੇ ਦੱਸਦੀ ਕਿ ਪੀਐਮ ਮੋਦੀ ਨੇ ਮਹਿਲਾ ਦੇਵਿਸ ਦੀ ਵਧਾਈ ਦਿੱਤੀ ਹੈ ਐਲਪੀਜੀ ਨੂੰ ਹੋਰ ਕਿਫਾਇਤੀ ਬਣਾਉਣ ਦੇ ਨਾਲ ਕਿਤੇ ਨਾ ਕਿਤੇ ਔਰਤਾਂ ਦਾ ਜਿਹੜਾ ਸਸ਼ਕਤੀਕਰਨ ਹੋਵੇਗਾ ਤੇ ਨਾਲ ਹੀ ਉਹਨਾਂ ਦੇ ਲਈ ਜੀਣਾ ਆਸਾਨ ਹੋ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਐਲਪੀਜੀ ਸਿਲੰਡਰ ਬਾਰੇ ਇੱਕ ਘੋਸ਼ਣਾ ਕੀਤੀ ਹੈ ਪੀਐਮ ਮੋਦੀ ਨੇ ਲਿਖਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸ਼ੁਭਕਾਮਨਾਵਾਂ ਅਸੀਂ ਆਪਣੀ ਮਹਿਲਾ ਸ਼ਕਤੀ ਦੀ ਤਾਕਤ ਤੇ ਸਾਹਸ ਨੂੰ ਸਲਾਮ ਕਰਦੇ ਹਾਂ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੇ ਵੀ ਸ਼ਲਾਘਾ ਕਰਦੇ ਹਾਂ ਸਾਡੀ ਸਰਕਾਰ ਸਿੱਖਿਆ ਉਦਮਤਾ ਖੇਤੀਬਾੜੀ ਟੈਕਨੋਲੋਜੀ ਤੇ ਹੋਰ ਖੇਤਰਾਂ ਦੇ ਵਿੱਚ ਵੀ ਕੰਮ ਕਰ ਰਹੇ ਹਨ ਪੈਲ ਕਦਮੀਆਂ ਦੇ ਰਹੀ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਵਚਨਬੱਧਾ ਜੋ ਪਿਛਲੇ ਦਹਾਕੇ ਤੋਂ ਦੌਰਾਨ ਜਿਹੜੀ ਸਾਡੀਆਂ ਪ੍ਰਾਪਤੀਆਂ ਤੋਂ ਚਲਕਦੀਆਂ ਹਨ ਤਦਸ ਇਸ ਤੋਂ ਬਾਅਦ ਪੀਐਮੋਦੀ ਨੇ ਵੀ ਐਲਾਨ ਕੀਤਾ ਹੈ ਕਿ ਐਲਪੀਜੀ ਸਿਲੰਡਰ ਜਿਹੜੇ ਆ ਉਹ ਸਸਤੇ ਹੋ ਜਾਣਗੇ ਤੇ ਕੋਸ਼ਿਸ਼ ਨਾ ਕਰਦੇ ਪੀਐਮ ਨੇ ਲਿਖਿਆ ਅਜ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦਾ ਵੱਡਾ ਫੈਸਲਾ ਲਿਆ ਹੈ ਜਿਸ ਦੇ ਨਾਲ ਹੀ ਸਿਰਫ ਨਾਰੀ ਸ਼ਕਤੀ ਦਾ ਜੀਵਨ ਸਕਾਲਾ ਹੋਵੇਗਾ ਸਗੋਂ ਕਰੋੜਾਂ ਪਰਿਵਾਰਾਂ ਦਾ ਜਿਹੜਾ ਆਰਥਿਕ ਬੋਝ ਵੀ ਕੱਟੇਗਾ ਤੇ ਕਦਮ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਵੀ ਮਦਦਗਾਰ ਰਹੂਗਾ ਜਿਸ ਦੇ ਨਾਲ ਪੂਰੇ ਪਰਿਵਾਰ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਵੇਗਾ